ਉਹ ਜੱਸੀ ਫੋਨ ਕੱਢਦਾ ਫੇਟ ਗਿਆ ਘਰ ਵੀ ਡਿੱਗ ਗਿਆ ਹੈਗਾ ਇੱਥੇ ਲੈਣਾ ਹੋਇਆ ਬਬਲੇ ਲਾਵਾਂਗੇ ਇਕੱਠੇ ਲਾਵਾਂਗੇ ਇੱਥੇ ਜਣਾ ਡਰੀ ਤੇ ਆ ਡਬਲ ਰੋਟੀ ਆ Well, so what's up guys, Hamim Vlogs back here. ਲੈ ਵੀ ਚੋਲਾ ਸਾਹਿਬ ਦੇ ਮੇਲੇ ਤੇ ਬੜੇ ਸਾਰੇ ਭੰਗੂੜੇ ਲੱਗੇ ਹੁੰਦੇ ਆ ਸੋ ਦਰਸ਼ਨ ਕਰਾਂਗੇ ਚੋਲਾ ਸਾਹਿਬ ਗੁਰਦੁਆਰੇ ਦੇ ਡੇਰਾ ਬਾਬਾ ਨਾਨਕ ਤੇ ਦੋ ਦਿਨ ਪਹਿਲਾਂ ਗਏ ਹਾਂ ਅੱਜ ਹੈਗੀ 1 ਤਰੀਕ ਅੱਜ 1 ਤਰੀਕ ਤੋਂ ਲੈ ਕੇ 10 ਤਰੀਕ ਤੱਕ ਮੇਲਾ ਰਹਿਣਾ ਵਾ ਡੇਰਾ ਬਾਬਾ ਨਾਨਕ ਚੋਲਾ ਸਾਹਿਬ ਗੁਰਦੁਆਰੇ ਤੇ ਮਤਲਬ ਕਿ ਅੱਜ 1 ਤਰੀਕ ਆ ਦੋ ਦਿਨ ਪਹਿਲਾਂ ਗਏ ਹਾਂ ਉਦੋਂ ਤੇ ਅਸੈਂਬਲ ਦੇ ਹੁਣ ਜਿਹੜਾ ਵੀਲ ਵਾਲਾ ਹੁੰਦਾ ਸਾਰੇ ਅਸੈਂਬਲ ਦੇ ਹੁਣ ਉਦੋਂ ਤੇ ਅੱਜ 1 ਤਰੀਕ ਨੂੰ ਆਪਾਂ ਚੱਲੇ ਹਾਂ ਫਿਲਹਾਲ ਵੇਖਣ ਵਾਸਤੇ ਵੈਲਕਮ ਬੈਕ ਟੂ ਅਰਜਨ ਗਾਈਸ ਆਈ ਹੋਪ ਤੁਸੀਂ ਸਾਰੇ ਕੈਂਟ ਹੋ ਸੋ ਬਸ ਚੱਲੇ ਹਾਂ ਹੁਣ 5-10 ਮਿੰਟ ਮੁੰਡੇ ਦੇ ਰੈਡੀ ਸ਼ੈਡੀ ਹੋਣ ਤੂੰ ਬੜੀਆਂ ਤਿਆਰੀਆਂ ਖਿੱਚੀਆਂ ਨੇ ਮੇਲਾ ਕੋਲ ਬੂਟ ਪਾਏ ਦੇ ਨਾਲ ਮੇਲਾ ਕੋਲ ਮੁੱਕ ਤੇ ਵੇਖ ਚੱਲ ਕੱਢ ਤਿਆਰ ਟਾਈਮ ਹੋਇਆ ਉੱਥੇ ਤਿਆਰ ਟਾਈਮ ਹੋਇਆ ਅੱਜ ਤਾਂ ਵਿਆਹ ਜਾਣਾ ਅੱਜ ਓਏ ਵਿਆਹ ਜਾਣਾ ਹੀ ਉਹ ਜੱਸੀ ਫੋਨ ਕੱਢਦਾ ਫੇਟ ਗਿਆ ਘਰ ਵੀ ਡਿੱਗ ਗਿਆ ਹੈਗਾ चोला साहब 2.5 किलोमीटर होना ढाई है मामा कि 5 किलोमीटर अज तक पाई गए हजे नहीं लगे हजे दे कड़ा साल जाओड़े पंदूड़े ਦਵਰ ਰੋਟੀ ਨਾ ਜੋ ਰਾਜ ਜਾਂਦੇ ਆ ਮੂੰਹ ਕਹਿੰਦੇ ਪ੍ਰਸ਼ਾਦਾ ਆਓ ਛੋਲੇ ਭਟੂਰੇ ਹਾਂ ਸਹਾਰੇ ਨਿਊਟਰੀ ਆ ਨਿਊਟਰੀ ਤੇ ਰੋਟੀ ਨਿਊਟਰੀ ਤੇ ਆ ਦਵਰ ਰੋਟੀ ਆ ਤੇ ਅੱਜ ਹੈਗੀ ਸ਼ਿਵਰਾਤਰੀ ਤਾਂ ਕਰਕੇ ਥਾਂ ਥਾਂ ਤੇ ਲੰਗਰ ਲੱਗੇ ਹਨਾ ਰਾਜ ਉਹੀ ਪਿੱਛੇ ਵੀ ਆਇਆ ਉੱਥੋਂ ਹੀ ਲੰਗਰ ਲੱਗਾ ਹੈਗਾ ਸਾਡੇ ਦਰਬਾਰ ਵਿੱਚ ਨੂੰ ਜਾਂਦੀਆਂ ਨੇ ਪਰ ਇੱਕ ਸਿੱਧਾ ਸਿੱਧਾ ਬਣ ਜਾਂਦਾ ਹੈ ਅੱਧੇ ਇੱਧਰ ਲੱਗੇ ਆ ਤੇ ਅੱਧੇ ਪਿਛਲੇ ਉੱਧਰ ਲੱਗੇ ਸਾਈਡ ਤੇ ਇੱਧਰ ਵੱਧਾ ਹੈ ਇੱਧਰ ਜ਼ਿਆਦਾ ਹੈ ਇੱਧਰ ਜ਼ਿਆਦਾ ਹੈ ਕੀ ਮੋਸ ਇੱਥੇ ਲੈਣਾ ਹੋਇਆ ਬਬਲੇ ਲਾਵਾਂਗੇ ਇਕੱਠੇ ਲਾਵਾਂਗੇ ਇੱਥੇ ਜਾਣਾਂਗੇ ਜਿੱਦਣ ਆਪਾਂ ਆਇਆ ਉੱਥੇ ਕੰਪੈਨ ਲੱਗੀ ਉਹ ਕਾਰ ਲੱਗੇ ਆ ਇੱਧਰ ਬਣ ਗਿਆ ਸਾਰਾ ਆ ਵੀ ਇੱਦਾਂ ਦੂਰ ਆਏਗਾ ਸਵੀਵਿੰਗ ਪੂਲ ਵੀ ਆਇਆ ਹੈ ਬਾਈ ਆਹ ਪਿੱਛੇ ਸਵੀਵਿੰਗ ਪੂਲ ਉਹ ਚੰਨਿਆਣੇ ਹੋਰ ਨਹਾਉਣ ਨਹੀਂ ਡੇ ਗੱਡੀ ਉਹ ਬੇਰੀ ਚਲਾਉਂਦੇ ਆ ਤੇ ਆ ਹੁਣ ਆਪਾਂ ਆ ਗਏ ਆ ਬਾਰਡਰ ਵਾਲੇ ਸੜਕ ਤੇ ਕਰਤਾਰ ਰੋਹ ਬੜੀ ਚੱਲਦੀ ਹੁੰਦੀ ਹੈ ਰੋਹ ਉੱਥੇ ਲੰਗਾ ਲੱਗਾ ਨਾ ਰੋਹ ਦਾ ਵੀ ਮੋੜੇ ਕਿ ਚਲੋ ਪਿੰਨੇ ਗਾਂ ਜਾ ਕੇ ਪਿੰਨੇ ਗਾਂ ਜਾ ਕੇ ਰੋਹ ਆ ਨੇ ਪੱਲਾਉਣੇ ਤੇਰੇ ਮੂੰਹ ਚ ਲਾਉਣੇ ਨਿਆਲੇ ਵਾਲਾ ਡਿੱਪਾ ਦੋ ਦਿਨ ਬਾਅਦ ਇੱਥੇ ਪੈਰ ਰੱਖਣ ਦੀ ਜਗ੍ਹਾ ਨਹੀਂ ਹੋਣੀ ਆ ਓਏ ਦੇਖ ਹੁਣ ਸਵੀਮਿੰਗ ਪੂਲ ਵੀ ਤੁਹਾਨੂੰ ਖਾਲਦਾ ਹਾਂ ਹਾਂ ਜਵੜਾ ਨਹਾਉਂਦੇ ਆ ਵੇ ਆਉ ਜੱਸੀ ਉਹ ਬੇਰੀਆ ਚੰਨੜੀਆ ਵਿੱਚ ਆਉ ਪਾਣੀ ਕਿੱਥੇ ਆ ਦੇਖੀ ਇਹ ਆਉ ਵੇ ਆਉ ਇਹ ਕਿ ਆਈ ਉਹ ਕਿੱਥੇ ਆ ਹੋ ਰਿਹਾ ਵੇ ਰੋ ਦੇਖ ਕੇ ਆਉਂਦੇ ਆ ਅਸੀਂ ਜਾਂਦੇ ਆ ਧਿਆਨ ਨਹੀਂ ਦਿੱਤਾ ਹੈ ਪਾਣੀ ਦਾ ਜਾਂਦੇ ਆ ਮੈਂ ਦਿੱਤਾ ਸੀ ਨਾ ਧਿਆਨ ਆ ਤੂੰ ਨੇ ਤਾਂ ਹੀ ਨਹੀਂ ਵੇਖਿਆ ਐਟਮਾ ਐਟਮਾ ਪੈਰ ਨਾਲ ਘੇੜਨ ਵਾਲਾ ਹਨਾ ਹੱਥਾਂ ਨਾਲ ਇਹ ਬਣਾਇਆ ਹੋਏ ਪੈਰ ਘਰ ਲਾ ਕੇ ਸਵੀਮਿੰਗ ਪੂਲ ਆ ਡੇਡਾ ਜਿਹਾ ਇਤਨਾ ਹੀ ਚੱਲਦਾ ਹੁੰਦਾ ਨਾ ਓਏ ਹਾਂ ਡੇਡਾ ਇੱਥੇ ਦੇ ਵਿੱਚ ਬੋਟ ਫਿੱਟ ਹੋਣੀ ਜਿਹੜੀ ਇਤਨਾ ਤਾਂ ਸਾਂ ਹੁੰਦੀ ਇੱਕ ਤੇ ਉਹ ਵੇਖਾ ਉਹ ਜਿਹੜੀ ਉਹ ਬੜੀ ਤਾਂ ਜਾਣੀ ਫੇਰ ਉਹ ਘੁੰਮਦੀ ਨਹੀਂ ਆਹੋ ਹੋਈ ਉਹ ਲੱਗਣਾ ਹਨਾ ਹੂੰ ਇਹ ਲਾ ਵੇਖਣੇ ਚਾਹੀਦੇ ਹਮ ਨਾਈਏ ਵਿੱਚ ਜਾ ਕੇ ਨਿੱਕੇ ਵਾਲਾ ਚੱਲ ਪਿਆ ਵੱਡੇ ਵਾਲਾ ਜੇ ਲੱਗਣਾ देख मेला कितना बढ़िया है ये सड़क तो सच ही खाली है दो दिन का ही काम है बस एवे 4 तरीक नु चल बंदा घट 4 तरीक ने पैर नहीं रखा जाना
ਇਹਨੂੰ ਕਹਿੰਦੇ ਡੇੜਾ ਬਾਬਾ ਨਾਨਕ ਯਾ अंदर थोड़ा गए झूठ मारने फिर हूं तो अंदर जाना ਲੰਗਰ ਪ੍ਰਸ਼ਾਦਾ ਛਕਣ ਤੋਂ ਬਾਅਦ ਹੋਣੇ ਹੋਏ ਆ ਰੋਹ ਦੇ ਦੁਆਲੇ ਰੋਹ ਦੇ ਦੁਆਲੇ ਨਿਕਲ ਲੱਗੀ ਆ ਬਸ ਲੱਗੀ ਹੈ ਜੇ ਬਸ ਹੁਣ ਆਹ ਵੇਖੋ ਦੇ ਗੱਲ ਸਾਡਾ ਇੱਕ ਮਜ਼ਾਕ बिट्टू फड़ ला चोला सब गुरदर मत्था नहीं टेक फाना चलो कोई नी चार तरीक नूं बाकी यार घरे ते आ गए हैं घरों सोच के कि चोला साहिब गुरुद्वारे मत्था टेकना वा बट जो उत्थे पहुंचे तो प्लैन चेंज हो गया सानू ना समान लैना सी ते इस करके साडा थोड़ा ध्यान जिहड़ा समान नाल ज़्यादा सीगा इस करके असीं मत्था नहीं टेक पाए चलो कोई गल नहीं जाना फिर तीन दिन बाद फिर तुहानू चोला साहिब अंदर दे दर्शन करावांगे एंड बाकी हुंदे उत्थे फनी वीडियोज़ वेखण वड़ के अंदर फनी वीडियोज़ वेखिया जान दियां ने हास्से वालियां ते बस इन्ना ही का ब्लॉग ये वाला ब्लॉग एंड करते हैं फिर चार दिन बाद तीन दिन बाद फिर जिदन मेला है वड्डा उदन का ब्लॉग बनावांगे उदन ही वैसे रात में जाना वा रात का ही सीन होना ज़्यादा सो करते हैं ब्लॉग ने एंड ब्लॉग किदा लगा लाइक कमेंट शेयर मिल जाएगा जल्दी नैक्सट ब्लॉग दे टिल दैन टेक केयर बाय